ਈਵਨ ਪੰਜਾਬੀ ਨਿਡਰ ਨਿਰਪੱਖ ਅਤੇ ਨਵੀਂ ਸੋਚ। ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹਾਂ ਕਰੰਟ ਇਸ਼ੂ ਲਈ ਚੱਲਦੇ ਹਾਂ ਮੋਰਿੰਡੇ। ਔਰ ਪੰਜਾਬ ਸਰਕਾਰ ਦੀ ਗੱਲ ਕਰੀਏ ਤਾਂ ਮੌਸਮ ਨੂੰ ਵੇਖਦਿਆਂ ਹੋਇਆਂ ਉਹਨਾਂ ਨੇ ਸਕੂਲ ਦੇ ਟਾਈਮ ਦੇ ਵਿੱਚ, ਖਾਸ ਕਰਕੇ ਸਕੂਲਾਂ ਦੇ ਟਾਈਮ ਦੇ ਵਿੱਚ ਕੁਛ ਇੱਕ ਤਬਦੀਲੀ ਕੀਤੀ ਸੀ। ਔਰ ਕਿਤੇ ਨਾ ਕਿਤੇ ਉਸ ਤਬਦੀਲੀ ਵੱਲ ਕੁਛ ਇੱਕ ਸਕੂਲਾਂ ਨੇ ਧਿਆਨ ਦਿੱਤਾ ਅਤੇ ਕੁਛ ਇੱਕ ਸਕੂਲਾਂ ਦੇ ਅਧਿਆਪਕਾਂ ਨੇ ਧਿਆਨ ਨਹੀਂ ਦਿੱਤਾ। ਔਰ ਬੱਚਿਆਂ ਨੂੰ ਉਹ ਹੀ ਸਵੇਰ ਤੋਂ ਲੈ ਕੇ ਮਤਲਬ ਜਿਹੜੀ ਤਿਆਰੀ ਕਰਨੀ ਪੈਂਦੀ ਸੀਗੀ ਕਿ ਉਸੇ ਤਰ੍ਹਾਂ ਹੀ ਉਹ ਤਿਆਰੀ ਬਰਕਰਾਰ ਹੈ। ਲੇਕਿਨ ਕੀ ਪੂਰੀ ਖਬਰ ਹੈ ਜਾਣਨ ਵਾਸਤੇ ਚੱਲਦੇ ਹਾਂ ਮਨਜੀਤ ਸਿੰਘ ਸੋਈ ਦੇ ਕੋਲ, ਉਹਨਾਂ ਤੋਂ ਲੈਂਦੇ ਹਾਂ ਅਪਡੇਟ। ਸੋਈ ਸਾਹਿਬ, ਇਸ ਖਬਰ ਨੂੰ ਲੈ ਕੇ ਕੀ ਜਾਣਕਾਰੀ ਹੈ? ਹਾਂਜੀ ਨਾਲ, ਸਤਿ ਸ਼੍ਰੀ ਅਕਾਲ ਜੀ। ਸਾਡੇ ਜਿਹੜੇ ਮੋਰਿੰਡੇ ਹਲਕੇ ਵਿੱਚ ਕਈ ਪ੍ਰਾਈਵੇਟ ਅਤੇ ਮਾਨਤਾ ਪ੍ਰਾਪਤ ਸਕੂਲ ਹੈ, ਠੀਕ ਹੈ। ਉਹਨਾਂ ਨੂੰ ਜਦੋਂ ਕਿ ਦੋ ਦਿਨਾਂ ਤੋਂ ਲੈਟਰ ਜਾਰੀ ਹੋਇਆ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਸ੍ਰੀ ਕ੍ਰਿਸ਼ਨ ਕੁਮਾਰ ਜੀ ਦੇ ਸਕੱਤਰ ਦਾ, ਵੀ ਜਿਹੜੇ ਪ੍ਰਾਇਮਰੀ ਸਕੂਲ ਹੈ 10 ਤੋਂ 4 ਵਜੇ ਤੱਕ ਉਹਨਾਂ ਨੂੰ ਲਾਇਆ ਜਾਵੇ ਜੀ। ਛੋਟੇ ਬੱਚਿਆਂ ਦਾ ਜਿਹੜੇ ਮਿਡਲ ਸਕੂਲ ਹੈ, ਮਿਡਲ ਤੋਂ ਹਾਈ ਸਕੂਲ ਹੈ, ਕੰਡੀ ਸਕੂਲ ਹੈ, ਉਹਨਾਂ ਦਾ 10 ਤੋਂ 4:15 ਵਜੇ ਤੱਕ ਟਾਈਮ ਕੀਤਾ ਗਿਆ ਜੀ। ਪਰ ਇਹ ਲੈਟਰ 2 ਦਿਨ ਤੋਂ ਇਸ਼ੂ ਹੋਇਆ ਹੈ, ਪ੍ਰਾਈਵੇਟ ਸਕੂਲਾਂ ਵੱਲੋਂ ਇਹਨਾਂ ਨੂੰ ਟਿੱਚ ਸਮਝਿਆ ਜਾਂਦਾ ਹੈ। ਇਹਨਾਂ ਵੱਲੋਂ ਸਕੂਲ ਦੇ ਬੱਚਿਆਂ ਦਾ ਕੋਈ ਟਾਈਮਲੀ ਚੀਜ਼ ਕੀਤਾ, ਉਹੀ ਕਰਕੇ ਜੀ ਠੰਡ ਵਿੱਚ ਬੱਚੇ, ਅੱਜ ਵੀ ਮੈਂ ਉਹਨਾਂ ਨਾਲ ਕਈ ਬੱਚਿਆਂ ਨੂੰ ਮਿਲਿਆ, ਉਹੀ ਕਿਸੇ ਨੇ 8:30 ਵਜੇ ਦਾ ਟਾਈਮ ਕੀਤਾ, ਕਿਸੇ ਨੇ 9 ਵਜੇ ਦਾ ਟਾਈਮ ਕਰ ਦਿੱਤਾ ਜੀ। ਪਰ ਬੱਚਿਆਂ ਨੂੰ ਉਹੀ ਕਰਕੇ ਜੀ ਠੰਡ ਵਿੱਚ ਤਿਆਰ ਹੋਣਾ ਪੈਂਦਾ, ਮਾਪਿਆਂ ਨੂੰ ਵੀ ਨਾ ਤਕਲੀਫ ਹੋ ਰਹੀ ਹੈ, ਮਾਪਿਆਂ ਵੱਲੋਂ ਵੀ ਇਹੀ, ਬੱਚਿਆਂ ਵੱਲੋਂ ਵੀ ਇਹ ਕਿਹਾ ਜਾ ਰਿਹਾ ਵੀ ਸਾਡੇ ਸਕੂਲ ਦੀ ਮੈਨੇਜਮੈਂਟ ਵੱਲੋਂ ਕਿਸੇ ਵੱਲੋਂ ਵੀ ਇਹ ਜਿਹੜਾ ਟਾਈਮ ਨਹੀਂ ਚੇਂਜ ਕੀਤਾ ਗਿਆ। ਸੋਈ ਸਾਹਿਬ, ਸਵਾਲ ਇੱਥੇ ਇਹ ਹੈ ਕਿ ਜਿਹੜੇ ਪ੍ਰਾਈਵੇਟ ਸਕੂਲਾਂ ਦੀ ਤੁਸੀਂ ਗੱਲ ਕਰਦੇ ਆ, ਉਹ ਐਡਮਿਨਿਸਟ੍ਰੇਸ਼ਨ ਦੇ ਅੰਡਰ ਨਹੀਂ ਆਉਂਦੇ, ਉਹ ਕਿਉਂ ਆਦੇਸ਼ ਦੀ ਉਲੰਘਣਾ ਕਰਦੇ ਆ? ਸਾਰੇ ਹਰੇਕ ਸਕੂਲ ਜੋ ਮਾਨਤਾ ਲੈਂਦਾ ਹੈ ਉਹ ਪਹਿਲਾਂ ਇਹ ਇੱਕ ਐਫੀਡੈਵਿਟ ਦਿੰਦਾ ਹੈ ਵੀ ਜੋ ਸਰਕਾਰ ਵੱਲੋਂ ਹੁਕਮ ਜਾਰੀ ਕੀਤੇ ਜਾਣਗੇ ਜੀ, ਉਹਨਾਂ ਦੀ ਅਸੀਂ ਕਾਨੂੰਨਾਂ ਦੀ ਲੰਘਾ ਪਾਲਣਾ ਕਰਾਂਗੇ। ਕੋਈ ਸਰਕਾਰੀ ਛੁੱਟੀ ਸਰਕਾਰ ਵੱਲੋਂ ਕੀਤੀ ਜਾਂਦੀ ਹੈ ਜਾਂ ਹੋਰ ਕੁਛ ਵੀ ਕੀਤਾ ਜਾਂਦਾ ਹੈ, ਸਰਕਾਰ ਦਾ ਆਦੇਸ਼ ਦਿੱਤਾ ਜਾਂਦਾ, ਉਹਨੂੰ ਪਾਲਣਾ ਕਰਨਾ ਪ੍ਰਾਈਵੇਟ ਸਕੂਲਾਂ ਦਾ ਅਧਿਕਾਰ ਹੈ ਜੀ। ਹੁਕਮ ਹੈ ਉਹਨਾਂ ਦੇ, ਉਹਨਾਂ ਨੂੰ ਹੁਕਮ ਮੰਨਣ ਦਾ ਹੁਕਮ ਮੰਨਣਾ ਚਾਹੀਦਾ ਹੈ। ਪਰ ਇਹਨਾਂ ਵੱਲੋਂ ਟਿੱਚ ਸਮਝ ਜਾਂਦਾ ਹੈ, ਜਾਂ ਤਾਂ ਇਹਦੇ ਵਿੱਚ ਸਰਕਾਰੀ ਅਫਸਰਾਂ ਦੀ ਕੋਈ ਘਾਟ ਹੈ ਕਾਰਵਾਈ ਕਰਨ 'ਚ, ਜਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਵਿੱਚ ਜਿਹੜੇ ਮੁੱਖ ਅਫਸਰ ਹੈ ਉਹਨਾਂ ਦੀ ਘਾਟ ਹੈ। ਕਈ ਅਫਸਰਾਂ ਨੂੰ ਮਿਲ ਚੁੱਕੇ, ਉਹਨਾਂ ਨੇ ਕਿਹਾ ਵੀ ਸਰਕਾਰੀ ਸਕੂਲਾਂ ਨੂੰ ਤਾਂ 10 ਤੋਂ 4 ਵਜੇ ਦਾ ਟਾਈਮ ਕਰ ਦਿੱਤਾ, 10 ਤੋਂ 4:15 ਵਜੇ ਦਾ ਟਾਈਮ ਹੋ ਗਿਆ, ਪਰ ਪ੍ਰਾਈਵੇਟ ਸਕੂਲ ਆਪਣੀ ਮਨ ਮਰਜ਼ੀ ਕਰ ਰਹੇ ਅੱਜ ਵੀ। ਤੇ ਪ੍ਰਾਈਵੇਟ ਸਕੂਲਾਂ ਬਾਰੇ ਨੇ ਡੀਸੀ ਸਾਹਿਬ ਨਾਲ ਗੱਲਬਾਤ ਕੀਤੀ ਕਿ ਉਹ ਆਦੇਸ਼ ਨੂੰ ਟਿੱਚ ਸਮਝਦੇ ਨੇ? ਹਾਂਜੀ ਸਰ, ਹੋਈ ਸੀ ਗੱਲ, ਉਹਨਾਂ ਨੇ ਕਿਹਾ ਵੀ ਜੇ ਨਹੀਂ ਕਾਰਵਾਈ ਹੁੰਦੀ ਅਸੀਂ ਸੋਮਵਾਰ ਨੂੰ ਜਿਹੜੇ ਵੀ ਸਕੂਲਾਂ ਵੱਲੋਂ ਕੀਤੀ ਜਾਏਗੀ ਉਹਨਾਂ ਦੇ ਵਿਰੁੱਧ ਕਾਰਵਾਈ ਕੀਤੇ ਕਰਾਂਗੇ ਅਸੀਂ। ਸੋ ਬਹੁਤ ਬਹੁਤ ਮਿਹਰਬਾਨੀ ਸੋਹੀ ਸਾਹਿਬ, ਤੁਸੀਂ ਸਾਨੂੰ ਅਪਡੇਟ ਦਿੱਤੀ। ਸੋਹੀ ਸਾਹਿਬ ਨੇ ਮਾਸੂਮ ਬੱਚਿਆਂ ਦੇ ਨਾਲ ਵੀ ਗੱਲਬਾਤ ਕੀਤੀ ਹੈ, ਡੀਸੀ ਸਾਹਿਬ ਨਾਲ ਵੀ ਕੀ ਗੱਲਬਾਤ ਕੀਤੀ ਹੈ, ਸੁਣੋ ਤੁਸੀਂ। ਕਿਨਾਂ ਹੈ ਤੁਹਾਡਾ? ਮੈਂ ਕਿ ਜੀ, ਤੁਸੀਂ ਕਿਹੜੇ ਸਕੂਲ 'ਚ ਪੜ੍ਹਦੇ ਹੋ? ਅੱਛਾ, ਕਿੰਨੇ ਵਜੇ ਲੱਗਦਾ ਤੁਹਾਡਾ ਸਕੂਲ ਇਹ? ਸਾਡੇ ਵਿੱਚ ਛੁੱਟੀ ਕਿੰਨੇ ਵਜੇ ਹੁੰਦੀ ਹੈ? 2:00 ਤੁਹਾਨੂੰ ਪਤਾ ਨਹੀਂ ਹੈਗਾ ਟਾਈਮ ਚੇਂਜ ਹੋ ਗਿਆ? 10 ਵਜੇ ਦਾ ਟਾਈਮ ਕਰਤਾ ਸਰਕਾਰ ਨੇ, ਤੁਹਾਨੂੰ ਕਿਸੇ ਨੇ ਦੱਸਿਆ ਨਹੀਂ ਹੈ? ਕਿੰਨੇ ਵਜੇ ਦਾ ਹੋ ਗਿਆ? 9 ਵਜੇ ਜਾਣਾ। ਕਿਹੜੇ ਸਕੂਲ 'ਚ ਪੜ੍ਹਦੇ ਤੁਸੀਂ? ਅੱਛਾ ਜੀ, 9 ਵਜੇ ਤੋਂ ਫਿਰ ਛੁੱਟੀ ਕਿੰਨੇ ਵਜੇ ਹੋਊਗੀ? ਅੱਛਾ, ਕਿਹੜੀ ਕਲਾਸ 'ਚ ਪੜ੍ਹਦੇ ਆ? ਕਿਹੜੇ ਸਕੂਲ 'ਚ ਪੜ੍ਹਦੇ ਆ? ਸ਼ੈਨੀ ਸਟਾਰ ਸਕੂਲ 'ਚ। ਅੱਛਾ, ਕਿੰਨੇ ਵਜੇ ਤੁਹਾਡਾ ਸਕੂਲ ਲੱਗਦਾ? ਛੁੱਟੀ ਕਿੰਨੇ ਵਜੇ ਹੁੰਦੀ ਹੈ? 2:30 ਢਾਈ ਵਜੇ। ਹੋਰ ਤੇਰਾ ਬ੍ਰਦਰ ਵੀ, ਭਰਾ ਵੀ ਜਾਂਦਾ, ਉਹ ਕਿੰਨੇ ਵਜੇ ਜਾਂਦਾ? ਅੱਛਾ, ਕਿਹੜੀ ਕਿਹੜੀ ਕਲਾਸ 'ਚ ਪੜ੍ਹਦੇ ਹੋ? 8th। 8th। ਕਿੰਨੇ ਵਜੇ ਤੁਹਾਡਾ ਸਕੂਲ ਲੱਗਦਾ?
ਅੱਛਾ ਕਿਹੜਾ ਸਕੂਲ ਹੈ? ਏਜੰਟਸ ਵਰਲਡ ਸਕੂਲ। ਕਿੱਥੇ? ਅਜੀਤ ਬਿਲ ਦੇ ਆਪੋਜ਼ਿਟ। ਓਕੇ ਓਕੇ। ਛੁੱਟੀ ਕਿੰਨੇ ਵਜੇ ਹੁੰਦੀ ਹੈ? ਸਾਡੇ 3 ਵਜੇ ਅਰਾਊਂਡ। 3 ਵਜੇ ਠੀਕ ਹੈ। ਆਈਪੀਐਸ ਇੰਟਰਨੈਸ਼ਨਲ ਸਕੂਲ ਕੋਲਾਲੀ। ਕਿੰਨੇ ਵਜੇ ਸਕੂਲ ਆ ਤੁਹਾਡਾ? ਸਾਡਾ 9:45 ਤੇ ਲੱਗਦਾ। 9:45 ਦਾ ਟਾਈਮ ਹੋ ਗਿਆ। ਛੁੱਟੀ ਕਿੰਨੇ ਵਜੇ ਹੁੰਦੀ ਹੈ? ਛੁੱਟੀ ਸਾਨੂੰ ਹੁਣ 3:45 ਤੇ ਹੋਈ। 3 ਕੀ ਜਿਹੜਾ ਹੈਗਾ ਕੀਤਾ ਜਾ ਰਿਹਾ ਜੀ ਇਹਦੇ ਵਾਸਤੇ? ਜੋ ਚਿੱਠੀ ਸਰਕਾਰ ਵੱਲੋਂ ਆਈ ਹੈ, ਜਿਹੜੇ ਪ੍ਰਾਇਮਰੀ ਸਕੂਲ ਹੈ 10 ਤੋਂ ਲੈ ਕੇ 4 ਵਜੇ ਦਾ ਟਾਈਮ, ਅਤੇ ਜਿਹੜੇ ਇਸ ਤੋਂ ਇਲਾਵਾ ਬਾਕੀ ਸਕੂਲਸ ਹੈਗੇ ਮਿਡਲ ਅਤੇ ਹਾਈ ਸਕੂਲ, ਉਹਦੇ ਵਿੱਚੋਂ 10 ਤੋਂ ਲੈ ਕੇ 4:15 ਦਾ ਟਾਈਮ ਹੈ। ਔਰ ਇਹ ਸਾਰੇ ਜਿਹੜੇ ਗੌਰਮੈਂਟ ਸਕੂਲਸ, ਗੌਰਮੈਂਟ ਏਡਿਡ ਸਕੂਲ ਜਾਂ ਹੋਰ ਜੋ ਪੰਜਾਬ ਬੋਰਡ ਨਾਲ ਰਿਕਗਨਾਈਜ਼ ਸਕੂਲ ਹੈਗੇ ਉਹਨਾਂ 'ਤੇ ਆਰਡਰ ਲਾਗੂ ਹੋਏਗਾ, ਔਰ ਇਹ ਸੋਮਵਾਰ ਤੋਂ ਆਰਡਰ ਅਸੀਂ ਲਾਗੂ ਕਰ ਦਾਂਗੇ। ਵੈਸੇ ਵੀ ਰੋਪੜ 'ਚ ਧੁੰਦ ਦੀ ਪ੍ਰੋਬਲਮ ਘੱਟ ਹੈਗੀ, ਬਟ ਅਸੀਂ ਜੋ ਠੰਡ ਹੈ ਉਹ ਤਾਂ ਇੱਥੇ ਵੀ 19 ਹੈਗੀ ਜਿੰਨੇ ਬਾਕੀ ਡਿਸਟ੍ਰਿਕਟਸ ਹੈ, ਔਰ ਅਸੀਂ ਇਹ ਆਰਡਰਸ ਨਾਲ ਕੰਪਲਾਈ ਕਰਾਂਗੇ। ਇਹ ਸੀ ਹੁਣ ਤੱਕ ਦੀ ਅਪਡੇਟ, ਬਾਕੀ ਅਪਡੇਟ ਜਿਵੇਂ ਆਉਣਗੇ ਅਸੀਂ ਲੈ ਕੇ ਰੂਬਰੂ ਹੁੰਦੇ ਰਹਾਂਗੇ। ਤੁਸੀਂ ਜੁੜੇ ਰਹੋ ਏਵਨ ਪੰਜਾਬੀ ਟੀਵੀ ਦੇ ਨਾਲ। ਫੋਰ ਨਿਊ ਅਪਡੇਟਸ ਪਲੀਜ਼ ਸਬਸਕ੍ਰਾਈਬ A1 ਨਿਊਜ਼ ਐਂਡ ਕਲਿੱਕ ਦ ਬੈਲ ਆਈਕਨ।